ਪਹਿਲਾਂ ਇਹ ਹੁੰਦਾ ਸੀਗਾ ਪੰਜਾਬ ਦੇ ਪਿੰਡ ਜਿਹੜੇ ਸੀ ਨਾ ਉਹ ਅਚੀਵਮੈਂਟਸ ਦੇ ਨਾਂ ਤੇ ਜਾਣੇ ਜਾਂਦੇ ਸੀ ਆਹ ਕਿਹਦਾ ਪਿੰਡ ਹੈ ਵੀ ਇਹ ਫੌਜ ਦੇ ਫਲਾਨੇ ਜਰਨੈਲ ਦਾ ਪਿੰਡ ਹੈ ਜਿਹਨੇ ਫਲਾਨੀ ਜੰਗ ਦੇ ਵਿੱਚ ਇੰਨੇ ਟੈਂਕ ਉਡਾਏ ਸੀ ਆਹ ਕਿਹਦਾ ਪਿੰਡ ਹੈ ਆਹ ਫਲਾਨੇ ਪਲੇਅਰ ਦਾ ਪਿੰਡ ਹੈ ਜਿਹਨੇ ਬਾਕਸਿੰਗ ਦੇ ਵਿੱਚ ਏਸ਼ੀਆ ਦੇ ਵਿੱਚ ਫਲਾਨੇ ਨੂੰ ਹਰਾਇਆ ਸੀ ਆਹ ਕਿਹਦਾ ਪਿੰਡ ਹੈ ਜੀ ਇਹ ਫਲਾਨੇ ਕਬੱਡੀ ਪਲੇਅਰ ਦਾ ਪਿੰਡ ਹੈ ਜਿਹਨੇ ਕਦੇ ਆਪਦੇ ਪਿੰਡੇ ਤੇ ਮਿੱਟੀ ਨਹੀਂ ਲੱਗਣ ਦਿੱਤੀ ਐਡਾ ਤਕੜਾ ਰੇਡਰ ਸੀਗਾ ਪਹਿਲਾਂ ਪਿੰਡ ਜਿਹੜੇ ਅਚੀਵਮੈਂਟਸ ਜਿਹੜੀਆਂ ਨੇ ਨਾ ਉਹਨਾਂ ਦੇ ਨਾਂ ਤੇ ਜਾਣੇ ਜਾਂਦੇ ਸੀ ਬਾਅਦ ਚ ਕੀ ਹੋ ਗਿਆ ਜਦੋਂ ਨੀਤਾਂ ਖਰਾਬ ਹੋ ਗਈਆਂ ਸਰਕਾਰਾਂ ਦੀਆਂ ਫਿਰ ਪਿੰਡ ਜਿਹੜੇ ਨੇ ਉਹ ਬਲੈਕੀਆਂ ਤੇ ਸਮੈਕੀਆਂ ਦੇ ਨਾਂ ਤੇ ਜਾਣ ਆਹ ਫਲਾਨੇ ਬਲੈਕੀ ਦਾ ਪਿੰਡ ਹੈ ਆਹ ਫਲਾਨੇ ਸਮੈਕੀ ਦਾ ਪਿੰਡ ਹੈ ਜੀ ਹੈ ਇੱਥੋਂ ਵਾਲੇ ਆਹ ਸਮਾਗਲਰ ਦਾ ਪਿੰਡ ਹੈ ਫਲਾਨੇ ਦਾ ਆਪਾਂ ਵਾਪਸ ਹੁਣ ਨਾ ਉੱਥੇ ਲੈ ਕੇ ਆਉਣਾ ਮੈਂ ਪਿਛਲੇ ਦਿਨ ਜਦੋਂ 3000 ਮੁੰਡੇ ਕੁੜੀਆਂ PAP ਗਰਾਊਂਡ ਦੇ ਵਿੱਚ ਜਦੋਂ ਉਹਨਾਂ ਨੂੰ ਟ੍ਰੇਨਿੰਗ ਖਤਮ ਹੋ ਗਈ ਤਾਂ ਉਹਨਾਂ ਨੂੰ ਬਾਹਰ ਫੀਲਡ ਦੇ ਵਿੱਚ ਉਹਨਾਂ ਨੇ ਜਾਣਾ ਸੀ ਤਾਂ ਮੈਂ ਉੱਥੇ ਗਿਆ ਤਾਂ ਜਦੋਂ ਉਹ ਘਰੇ ਗਏ ਵੀਡੀਓ ਆਈਆਂ ਬਹੁਤ ਵਧੀਆ ਵਧੀਆ ਹੁਣ ਪਿੰਡਾਂ ਦੇ ਵਿੱਚ ਇਸ ਕਿਸਮ ਦਾ ਮੁਕਾਬਲਾ ਹੋਣ ਲੱਗ ਗਿਆ ਪਿੰਡਾਂ 'ਚ ਕਿ ਆਪਣੇ ਪਿੰਡ ਦੇ ਹੁਣ ਕਿੰਨੇ ਸਰਕਾਰੀ ਮੁਲਾਜ਼ਮ ਨੇ ਫਲਾਨੇ ਪਿੰਡ ਦੇ ਕਿੰਨੇ ਨੇ ਨਾਲ ਦੇ ਪਿੰਡਾਂ ਨੂੰ ਐਂ ਪੁੱਛਣ ਲੱਗ ਗਏ ਤੁਹਾਡੇ ਪਿੰਡ ਦੇ ਕਿੰਨੇ ਲੱਗ ਗਏ ਬਾਈ ਸਾਡੇ ਪਿੰਡ ਦੇ 3 ਪਟਵਾਰੀ ਲੱਗ ਗਏ 2 ਨਰਸਾਂ ਲੱਗ ਗਏ 2 ਮਾਸਟਰ ਲੱਗ ਗਏ 1 SDO ਲੱਗ ਗਿਆ ਐਂ ਗਿਣਾਉਂਦੇ ਨੇ ਹੁਣ ਇਹ ਬਹੁਤ ਦੇਰ ਬਾਅਦ ਹੋਇਆ ਕਿ ਪਿੰਡ ਆਪਦੇ ਪਿੰਡ ਦੇ ਬੰਦਿਆਂ ਦੀਆਂ ਨੌਕਰੀਆਂ ਗਿਣ ਲੱਗ ਗਏ ਕਿਉਂਕਿ ਮਿਲਣ ਲੱਗ ਗਏ 37,000 ਤਾਂ ਇੱਥੇ ਹੀ ਦੇ ਚੁੱਕੇ ਆ ਬਾਕੀ ਫਿਰ ਪ੍ਰਾਈਵੇਟ ਸੈਕਟਰ ਆ ਰਿਹਾ ਜਲੰਧਰ ਹੈ ਸਪੋਰਟਸ ਇੰਡਸਟਰੀ ਲੈ ਕੇ ਆਵਾਂਗੇ ਸਾਡੀਆਂ ਬਣੀਆਂ ਹੋਈਆਂ ਬੋਲਾਂ ਨਾਲ ਇਸ ਵਕਤ ਉਹ ਰਗਬੀ ਦਾ ਵਰਲਡ ਕੱਪ ਚੱਲ ਰਿਹਾ ਪੈਰਿਸ ਦੇ ਵਿੱਚ ਸਾਡੀਆਂ ਬਣੀਆਂ ਹੋਈਆਂ ਬੈਟ ਨਾਲ ਆ ਵਰਲਡ ਕੱਪ ਖੇਡਿਆ ਜਾ ਰਿਹਾ ਸਾਡੀਆਂ ਬੋਲਾਂ ਨੇ ਜਲੰਧਰ ਦੀਆਂ ਉਹ ਸਾਡੇ ਫੁੱਟਬਾਲ ਦੇ ਜਿਹੜੇ ਜਲੰਧਰ ਦੀਆਂ ਬਣੀਆਂ ਉਹਨਾਂ ਫੀਫਾ ਵਰਲਡ ਕੱਪ ਖੇਡਿਆ ਜਾ ਰਿਹਾ ਤਾਂ ਸਾਡੇ ਕੋਲ ਤਾਂ ਨਰਸਰੀ ਹੈਗੀ ਹੈ ਸਾਡੇ ਕੋਲ ਸਭ ਕੁਝ ਹੈਗਾ ਬਸ ਲੋੜ ਹੈ ਥੋੜ੍ਹਾ ਜਿਹਾ ਉਹਨੂੰ ਸਹੀ ਦਿਸ਼ਾ ਦੇਣ ਦੀ ਬਸ ਦੇਖੋ ਉਹੀ ਹਵਾ ਦੀਵੇ ਨੂੰ ਬੁਝਾ ਦਿੰਦੀ ਹੈ ਤੇ ਉਹੀ ਹਵਾ ਜਿਹੜੀ ਹੈ ਅੱਗ ਨੂੰ ਵਧਾ ਦਿੰਦੀ ਹੈ ਜੇ ਵੱਡੀ ਅੱਗ ਲੱਗੀ ਹੋਵੇ ਹਵਾ ਅਜੇ ਲੋਕਾਂ ਨੇ ਹੁਣ ਨਹੀਂ ਯਾਰ ਹੁਣ ਮੁਸ਼ਕਿਲ ਹੁਣ ਤਾਂ ਹਵਾ ਚੱਲ ਪਈ